ਸਾਂਝੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਵਧਾਈ ਦਿੰਦਾ ਕਿ 70 ਸਾਲ ਪੂਰੇ ਹੋ ਗਏ ਹੈ ਪੰਜਾਬੀ ਸਾਹਿਤ ਅਕੈਡਮੀ ਨੂੰ। 70 ਸਾਲ ਦਾ ਸਫ਼ਰ ਜਿਹੜਾ, ਉਸ ਤੋਂ ਬਾਅਦ ਡਾਕਟਰ ਸਰਬਜੀਤ ਸਿੰਘ ਅਤੇ ਡਾਕਟਰ ਗੁਲਜ਼ਾਰ ਸਿੰਘ ਨੂੰ, ਭੈਣ ਡਾਕਟਰ ਪਾਲ ਕੌਰ ਨੂੰ ਅਤੇ ਪੂਰੀ ਟੀਮ ਨੂੰ ਹੁਣ ਮੌਕਾ ਮਿਲਿਆ ਕਿ 2 ਸਾਲ ਦੇ ਵਿੱਚ ਇਹਨਾਂ ਨੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਕਰਨੀ ਹੈ। ਔਰ ਡਾਕਟਰ ਗੁਲਜ਼ਾਰ ਸਿੰਘ ਜੀ ਬਹੁਤ ਬਾਖੂਬੀ ਦੱਸ ਕੇ ਗਏ ਕਿ ਉਹਨਾਂ ਨੇ ਪੰਜਾਬੀ ਸਾਹਿਤ ਅਕੈਡਮੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਹ ਕਹਿੰਦੇ ਨੇ ਵੀ ਇੱਥੇ ਕੋਈ ਇੱਕ ਵਿਚਾਰਧਾਰਾ ਨਹੀਂ, ਜਿਹੜੀ ਵਿਚਾਰਧਾਰਾ ਦੇ ਬੰਦੇ ਵੀ ਇੱਥੇ ਆ ਕੇ ਪੰਜਾਬੀ ਦੀ ਪ੍ਰਫੁੱਲਤਾ ਲਈ ਕੰਮ ਕਰ ਸਕਦੇ ਨੇ, ਸਾਡੇ ਦਰਵਾਜ਼ੇ ਖੁੱਲ੍ਹੇ। ਮੈਂ ਮਹਿਸੂਸ ਕਰਦਾ ਇੱਕ ਨਵੀਂ ਚੀਜ਼ ਸਾਹਮਣੇ ਆਈ ਹੈ। ਔਰ ਜੋ ਅੱਜ ਦੇ ਸਮੇਂ ਵਿੱਚ ਪੰਜਾਬੀ ਜੋ ਆਪਾਂ ਕਵਿਤਾਵਾਂ ਵੀ ਸੁਣੀਆਂ, ਸਾਡੇ ਭਾਸ਼ਾ ਅਫਸਰ ਵੀ ਬੈਠੇ ਇੱਥੇ, ਜੋ ਪੰਜਾਬੀ ਦਾ ਹਾਲ ਹੈਗਾ ਉਹਨੂੰ ਅਨੈਲਿਸਿਸ ਕਰਨਾ ਬੜਾ ਜ਼ਰੂਰੀ। ਅਨੈਲਿਸਿਸ ਤਾਂ ਹੋਇਆ ਹੋਇਆ, ਉਹਦੇ ਵਾਸਤੇ ਭਰਪਾਈ ਕਰਨੀ ਬੜੀ ਜ਼ਰੂਰੀ ਹੈ। ਮੈਂ ਉਹਦੇ 'ਚ ਜਿਹੜਾ ਕਵੀਆਂ ਨੇ, ਡਾਕਟਰ ਹਰੀ ਸਿੰਘ ਜਾਜਕ ਜੀ ਨੇ ਜਦੋਂ ਦੇ 71 ਬਣੇ ਨੇ ਪਿਛਲੇ ਮਹੀਨੇ ਤੋਂ, ਜੋ ਇਹਨਾਂ ਨੇ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਹੈ, ਇਹਦੀ ਵਧਾਈ ਦਿੰਦਾ ਬਹੁਤ ਜ਼ਿਆਦਾ। ਔਰ ਮੈਂ ਮਹਿਸੂਸ ਕਰਦਾ ਕਿ ਸਾਨੂੰ ਨਾ ਰਿਜ਼ਲਟ ਓਰੀਐਂਟਡ ਕੰਮ ਕਰਨੇ ਚਾਹੀਦੇ ਹੈ। ਕੇਵਲ ਫੰਕਸ਼ਨ ਕਰ ਲੈਣੇ, ਸੋਸ਼ਲ ਮੀਡੀਆ 'ਤੇ ਪਾ ਦੇਣੇ, ਅਖਬਾਰ 'ਚ ਫੋਟੋ ਦੇਖ ਲੈਣੀ, ਅੱਗੋਂ ਕਰਨਾ ਕੀ ਹੈ ਇਹਦੇ ਬਾਰੇ ਕੋਈ ਬੈਠ ਕੇ ਜਿਹੜਾ ਥਾਰੋ ਲਈ ਆਪਾਂ ਵਿਚਾਰ ਨਹੀਂ ਕਰਦੇ। ਮੈਂ ਮਹਿਸੂਸ ਕਰਦਾ ਕਿ ਆਹ ਜਿਹੜਾ ਮੰਚ ਹੈ ਇਹਦੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਕਿ ਜੋ ਦੇਖੋ, ਜੇ ਅਸਾਂ ਹਿੰਦੁਸਤਾਨ ਦੀਆਂ ਬਾਕੀ ਰਾਜਾਂ ਦੀ ਗੱਲ ਕਰਦੇ ਹਾਂ, ਬਾਕੀ ਰਾਜਾਂ ਦੇ ਚੱਲ ਰਹੀਆਂ ਜਿਹੜੀਆਂ ਉੱਥੇ ਭਾਸ਼ਾਵਾਂ, ਉਹਨਾਂ ਬਾਰੇ ਲੋਕ ਕਿੰਨੇ ਕਮਿਟਡ ਹੈ, ਚਾਹੇ ਉਹ ਤਾਮਿਲ ਹੈ, ਚਾਹੇ ਉਹ ਮਰਾਠੀ ਹੈ, ਚਾਹੇ ਉਹ ਕੰਨੜ ਹੈ, ਕੋਈ ਵੀ ਭਾਸ਼ਾ, ਉਹਦੇ ਵਾਸਤੇ ਉਹ ਲੋਕਾਂ ਦੇ ਵਿੱਚ ਇੱਕ ਲੋਕ ਰਾਏ ਬਣੀ ਹੋਈ ਹੈ ਕਿ ਜੇ ਸਾਡੀ ਭਾਸ਼ਾ ਨੂੰ ਕਿਸੇ ਨੇ ਸੇਕ ਪਹੁੰਚਾਇਆ ਤਾਂ ਅਸੀਂ ਭਾਈ ਜਿਹੜਾ ਸਾਰਾ ਜਿਹੜਾ ਸਟੇਟ ਆ ਬੰਦ ਕਰ ਦਿਆਂਗੇ। ਇਹ ਪੰਜਾਬ ਵਿੱਚ ਇਹ ਚੀਜ਼ ਕਿਉਂ ਨਹੀਂ ਹੋ ਰਹੀ, ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਮੈਂ ਚਾਹੁੰਦਾ ਕਿ ਸਾਨੂੰ ਇਹ ਇੱਕ ਪਲੇਟਫਾਰਮ ਜਿਹੜਾ ਨਾ, ਇੱਕ ਆਥੋਰਾਈਜ਼ਡ ਪਲੇਟਫਾਰਮ ਹੈ, ਇਲੈਕਟਡ ਬਾਡੀ ਹੈ, ਇਲੈਕਟਡ ਐਨ ਜੀ ਓ ਹੈ। ਪਹਿਲੀ ਬੇਨਤੀ ਤਾਂ ਇਹ ਹੈ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਜਿੰਨੀਆਂ ਐਨ ਜੀ ਓ ਪੰਜਾਬ ਦੇ ਵਿੱਚ ਪੰਜਾਬੀ ਦੀ ਪ੍ਰਫੁੱਲਤਾ ਲਈ, ਗੁਰਮੁਖੀ ਲਿਪੀ ਦੀ ਪ੍ਰਫੁੱਲਤਾ ਲਈ ਜਿੰਨੀਆਂ ਜਥੇਬੰਦੀਆਂ ਕੰਮ ਕਰ ਰਹੀਆਂ, ਉਹਨਾਂ ਨੂੰ ਕਾਲ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕਾਲ ਕਰਕੇ ਉਹਨਾਂ ਨਾਲ ਗੱਲ ਵਿਚਾਰਨੀ ਚਾਹੀਦੀ ਹੈ ਕਿ ਦੱਸੋ ਭਾਈ ਆਪਾਂ ਕਿਵੇਂ ਕਰੀਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪਿਛਲੇ  30 ਸਾਲਾਂ ਤੋਂ ਅਸੀਂ ਇੱਕ ਡਿਪਾਰਟਮੈਂਟ ਬਣਾਇਆ ਕਿ ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰਕ ਮਾਮਲੇ। ਔਰ ਡਾਕਟਰ ਹਰੀ ਸਿੰਘ ਜਾਚਕ ਸਾਡੀ ਉਹਦੀ ਪ੍ਰੋਡਕਟ ਹੈ। ਅੱਜ ਕੱਲ੍ਹ ਹਰੀ ਸਿੰਘ ਜਾਚਕ ਸਟੱਡੀ ਸਰਕਲ ਦੇ ਇਹ ਕਲੈਬੋਰੇਟਡ ਹੈਗੇ ਜਿੰਨੀਆਂ ਹੋਰ ਜਥੇਬੰਦੀਆਂ, ਜਿੰਨੀਆਂ ਜਥੇਬੰਦੀਆਂ ਗੁਰਮੰਦਾ ਅਤੇ ਪੰਜਾਬੀ ਭਾਸ਼ਾ ਦਾ ਕਾਰਜ ਕਰ ਰਹੀਆਂ, ਉਹਨਾਂ ਨੂੰ ਇਹ ਜਥੇਬੰਦ ਕਰ ਰਹੇ ਹਨ। ਮਕਸਦ ਉਹੀ ਹੈ ਕਿ ਆਪਾਂ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਕਿਵੇਂ ਕਰਨੀ ਹੈ। ਗੱਲਾਂ ਬਹੁਤ ਹੋ ਰਹੀਆਂ ਪਿਛਲਿਆਂ ਵੀਰਾਂ ਨੇ, ਪਿਛਲੇ 70 ਸਾਲ ਹੋ ਗਏ ਇਸ ਅਕੈਡਮੀ ਨੂੰ, ਜਿੰਨੇ ਕੰਮ ਹੋਏ ਡਾਕਟਰ ਜੋਤ ਸਿੰਘ ਤੋਂ ਲੈ ਕੇ ਹੁਣ ਤੱਕ, ਸਾਰੇ ਮੁਬਾਰਕ ਹੈ, ਸਾਰਿਆਂ ਦਾ ਧੰਨਵਾਦ ਹੈ। ਕਿਸੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿੰਨੇ ਘੱਟ ਕੇ ਦਾ ਕਿੰਨੇ ਵੱਧ ਕੀਤਾ, ਪਰ ਅੱਜ ਡਾਕਟਰ ਸਰਬਜੀਤ ਸਿੰਘ ਦੀ ਅਗਵਾਈ ਦੇ ਵਿੱਚ ਕੀ ਹੋਣ ਜਾ ਰਿਹਾ, ਇਹ ਚੀਜ਼ ਜਿਹੜੀ ਹੈ ਨਾ ਜੀ, ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਇਸ ਚੀਜ਼ ਨੂੰ ਦੇਖਣਾ ਚਾਹੁੰਦਾ। ਪਹਿਲੀ ਬੇਨਤੀ ਦੀ ਜਿੰਨੀਆਂ ਵੀ ਲੋਕ ਇੰਡੀਵਿਜੁਅਲ ਐਨ ਜਥੇਬੰਦੀਆਂ ਐਨ ਐਨ ਜੀ ਓਜ਼ ਜਿੰਨੇ ਕਾਰਜਸ਼ੀਲ ਹੈਗੀਆਂ,
ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ, ਉਹਨਾਂ ਦੇ ਕੋਲ ਚੱਲ ਕੇ ਜਾਣਾ ਚਾਹੀਦਾ। ਮੈਂ ਔਫਰ ਕਰਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਜਿੰਨਾ ਇੰਫਰਾਸਟ੍ਰਕਚਰ ਮਾਡਲ ਐਕਸਟੈਂਸ਼ਨ 'ਚ ਸਾਡਾ ਮੀਟਿੰਗ ਰੂਮ ਹੈ, ਸਾਡਾ 300 ਕੁਰਸੀਆਂ ਦਾ ਸੈਮੀਨਾਰ ਹਾਲ ਹੈ, ਹੋਰ ਸਾਡਾ ਇੰਫਰਾਸਟ੍ਰਕਚਰ ਹੈ। ਮੈਂ ਪੰਜਾਬੀ ਸਾਹਿਤ ਅਕੈਡਮੀ ਦੇ ਇਹਨਾਂ ਹਾਊਸਮੇਅਰ ਦੀ ਸਪੋਜ਼ ਕਰਦਾ, ਜਦੋਂ ਚਾਹੁੰਦੇ ਦੇ ਸਮਾਗਮ ਉੱਪਰ ਇਹਨਾਂ ਨੂੰ ਜੀਵਾਂ ਕਹਿੰਦੇ। ਪੰਜਾਬ 'ਚ ਲਗਭਗ 30 ਦੇ ਕਰੀਬ ਯੂਨੀਵਰਸਿਟੀਆਂ, ਹੋ ਸਕਦਾ 32 ਹੋ ਗਈਆਂ। ਉਹਨਾਂ ਯੂਨੀਵਰਸਿਟੀਆਂ ਦੇ ਜਿਹੜੀ ਸੈਨੇਟ ਹੈਗੀ ਜਾਂ ਵਾਈਸ ਚਾਂਸਲਰ ਹੈਗੇ, ਉਹਨਾਂ ਨੂੰ ਜਾ ਕੇ ਮਿਲਣਾ ਇਸ ਜਥੇਬੰਦੀ ਦੇ ਹਾਊਸਮੇਅਰ ਨੂੰ ਬੜਾ ਜ਼ਰੂਰੀ ਹੈ, ਕਿਉਂਕਿ ਇਲੈਕਟਡ ਬੋਡੀ ਹੈ ਔਰ ਆਥੋਰਾਈਜ਼ ਪਰਸਨ ਹੈਗੇ ਵਾਈਸ ਚਾਂਸਲਰ ਸਾਹਿਬਾਨ ਨਾਲ ਮੀਟਿੰਗ ਕਰਨ ਦੇ ਕਿ ਵੀ ਸੀ ਸਾਹਿਬ ਤੁਹਾਡੇ ਯੂਨੀਵਰਸਿਟੀ ਜਾਂ ਤੁਹਾਡੀਆਂ ਯੂਨੀਵਰਸਿਟੀ ਨਾਲ ਜਿੰਨੇ ਕਾਲਜ ਅਫੀਲੀਏਟਡ ਹੈਗੇ ਜਾਂ ਸਕੂਲ ਬੋਰਡ ਦੇ ਜਿੰਨੇ ਸਕੂਲ ਅਫੀਲੀਏਟ ਹੈਗੇ, ਉਹਨਾਂ 'ਚ ਅਸੀਂ ਕਹਿੰਦੇ ਕਿ ਇਸ ਤਰ੍ਹਾਂ ਕੰਮ ਹੋਵੇ, ਤੁਹਾਡੀ ਅਸੀਂ ਹੈਲਪ ਕਰਨ ਨੂੰ ਤਿਆਰ ਹਾਂ। ਦੇਖੋ, ਅਸੀਂ ਕੋਈ ਕਨਫਰੰਟੇਸ਼ਨ ਨਹੀਂ, ਗੱਲ ਸੁਝਾਅ ਰੂਪ ਹੀ ਰੱਖਣੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਕਾਰਜ ਪੰਜਾਬੀ ਦੀ ਪ੍ਰਫੁੱਲਤਾ ਲਈ ਹੋਵੇ। ਇਸੇ ਤਰ੍ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ, ਇਸ ਤਰ੍ਹਾਂ ਹੋਰ ਬੋਰਡਾਂ ਦੇ ਵਿੱਚ। ਬੜਾ ਅਫਸੋਸ ਹੁੰਦਾ ਹੈ, ਅੱਜ ਮੇਰੇ ਵੀਰ ਨੇ ਕਵਿਤਾ ਵੀ ਬੋਲੀ ਹੈ ਇੱਥੇ, ਕਿ ਸਾਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਫਾਈਨ ਲੱਗਦਾ ਕਿ ਤੂੰ ਪੰਜਾਬੀ ਸਕੂਲ 'ਚ ਕਿਉਂ ਬੋਲੀ ਹੈ। ਮੈਨੂੰ ਬੜਾ ਦੁੱਖ ਹੁੰਦਾ, ਮੋਹਾਲੀ ਦਾ ਇੱਕ ਸਕੂਲ ਹੈ, ਮੈਂ ਨਾਂ ਕੀ ਲੈਣਾ, ਉਹਦੇ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ ਔਰ ਮੋਰ ਦੈਨ 60% ਉੱਥੇ ਜਿਹੜੇ ਬੱਚੇ ਹੈ ਉਹ ਪੰਜਾਬੀਆਂ ਦੇ ਆ, ਸਿੱਖਾਂ ਦੇ ਆ। ਸੋ ਇਹ ਜਿਹੜੀ ਸਾਰੀ ਚੀਜ਼ ਦਾ ਐਨਾਲਿਸਿਸ ਕੀਤਾ ਹੋਇਆ, ਹੋਰ ਐਨਾਲਿਸਿਸ ਕਰਨਾ ਚਾਹੀਦਾ, ਸਾਨੂੰ ਪੰਜਾਬੀ ਨੂੰ ਲਾਗੂ ਕਰਨਾ ਬੜਾ ਜ਼ਰੂਰੀ ਹੈ। ਮੈਂ ਦੂਆ ਸਾਹਿਬ ਉਦੇਸ਼ ਪੜ੍ਹਦੇ ਸੀਗਾ ਅਕੈਡਮੀ ਦੇ, 13-12 ਉਦੇਸ਼ ਹੈ ਅਕੈਡਮੀ ਦੇ ਸਾਰੇ, ਗੱਲ ਜਿਹੜੀ ਪੰਜਾਬੀ ਸਾਹਿਤ ਨੂੰ ਅਤੇ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਬਾਰੇ ਸਾਰੇ ਉਦੇਸ਼ ਹੈ, ਮੁਬਾਰਕ ਹੈ, ਬਹੁਤ ਵਧੀਆ। ਦੋ ਤਿੰਨ ਉਦੇਸ਼ਾਂ ਬਾਰੇ ਮੈਂ ਗੱਲ ਕਰਨੀ ਚਾਹਾਂਗਾ। ਇੱਕ ਤਾਂ ਇਹ ਹੈ ਕਿ ਜਿੰਨੇ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਜਿੰਨਾ ਸਿਲੇਬਸ ਹੈ ਉਹਨੂੰ ਪੰਜਾਬੀ ਵਿੱਚ ਲਾਗੂ ਕਰਵਾਉਣਾ, ਚਾਹੇ ਉਹ ਕਮਿਸਟਰੀ ਹੈ, ਚਾਹੇ ਉਹ ਫਿਜਿਕਸ ਹੈ, ਚਾਹੇ ਉਹ ਜੋਗ੍ਰਫੀ ਹੈ, ਚਾਹੇ ਕੋਈ ਸਬਜੈਕਟ ਵੀ ਹੈ, ਉਹਨੂੰ ਪੰਜਾਬੀ ਦੇ ਵਿੱਚ ਉਹਦੀਆਂ ਕਿਤਾਬਾਂ ਮੁਹੱਈਆ ਕਰਾਉਣੀਆਂ ਅਤੇ ਪੰਜਾਬੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਉੱਥੇ ਮੁਹੱਈਆ ਕਰਵਾਉਣਾ। ਕਿੱਡਾ ਵੱਡਾ ਟਾਰਗੇਟ ਹੈ ਜੀ, ਲੇਕਿਨ ਇਹਦੇ ਬਾਰੇ ਉਹ ਰਸਤਾ ਕਿਹੜਾ ਅਡੋਪਟ ਕੀਤਾ ਹੈ, ਕਰਨਾ ਕੀ ਹੈ? ਅਸੀਂ ਲੋਕ ਪੰਜਾਬੀ ਸਾਹਿਤ ਅਕੈਡਮੀ ਤੋਂ ਇਸ ਚੀਜ਼ ਦੀ ਕਾਮਨਾ ਕਰਦੇ ਹਾਂ ਕਿ ਤੁਹਾਡੇ ਇਸ ਉਦੇਸ਼ ਦੀ ਪੂਰਤੀ ਦੱਸੋ, ਡਾਕਟਰ ਸਰਬਜੀਤ ਸਿੰਘ ਜੀ ਕੀ ਕਰ ਰਹੇ ਹੋ, ਡਾਕਟਰ ਗੁਲਜਾਰ ਸਿੰਘ ਜੀ ਕੀ ਕਰ ਰਹੇ ਹੋ, ਤੁਹਾਡੇ ਨਾਲ ਖੜ੍ਹੇ, ਨਾਲ ਜਾਣ ਨੂੰ ਤਿਆਰ ਆ, ਜਿੱਥੇ ਕੋਈ ਖੜ੍ਹਨ ਨੂੰ ਤਿਆਰ ਆ, ਸਾਰਾ ਐਜੂਕੇਟਿਵ ਵੇਅ 'ਤੇ ਕੰਮ ਹੋਏਗਾ ਔਰ ਮੈਂ ਮਹਿਸੂਸ ਕਰਦਾ ਕਿ ਬੜਾ ਜ਼ਰੂਰੀ ਹੈ। ਦੂਸਰਾ ਜਿਹੜਾ ਪੰਜਾਬ ਦੀ ਜਿਹੜੀ, ਇੱਕ ਦੋ ਮਿੰਟ ਹੋਰ ਲਵਾਂਗਾ, ਜ਼ਿਆਦਾ ਸਮਾਂ ਨਹੀਂ ਜੀ। ਪੰਜਾਬ ਦੇ ਵਿੱਚ ਦੇਖੋ ਜੀ, ਸਾਡੀ ਪੰਜਾਬੀ ਭਾਸ਼ਾ ਕੀ ਪਰਿਵਾਰ ਦੀ ਭਾਸ਼ਾ ਬਣੀ ਹੈ? ਇਹਨੇ ਸੋਚਿਆ ਸੀ ਬੈਠ ਕੇ ਸਟੇਜ 'ਤੇ ਬੋਲ ਦੇਣਾ, ਅਖਬਾਰ 'ਚ ਖਬਰ ਲਵਾ ਦੇਣੀ, ਨਹੀਂ ਗੱਲ ਬਣਦੀ ਪਈ। ਜਿੰਨੀਆਂ ਫੋਰਸਿਸ ਪੰਜਾਬੀ ਨੂੰ ਢਾਣ ਵਾਸਤੇ ਲੱਗੀਆਂ ਹੋਈਆਂ, ਤੁਹਾਨੂੰ ਸਾਰਿਆਂ ਨੂੰ ਪਤਾ, ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਕੀ ਸਾਡੀ ਪੰਜਾਬੀ ਭਾਸ਼ਾ, ਪੰਜਾਬ ਪਰਿਵਾਰ ਦੀ ਭਾਸ਼ਾ ਬਣੀ? ਕਿੱਡਾ ਦੁੱਖ ਹੁੰਦਾ ਜੀ, ਸਿੱਖਾਂ ਪੰਜਾਬੀਆਂ ਦੇ ਘਰਾਂ 'ਚ ਜਾਈਦਾ ਅਤੇ ਬੱਚਿਆਂ ਨਾਲ ਹਿੰਦੀ ਬੋਲੀ ਜਾਂਦੀ ਹੈ। ਹਿੰਦੀ ਤੋਂ ਸਾਨੂੰ ਨਫ਼ਰਤ ਨਹੀਂ, ਇੰਗਲਿਸ਼ ਤੋਂ ਨਫ਼ਰਤ ਨਹੀਂ, ਸਾਨੂੰ ਹੋਰ ਭਾਸ਼ਾਵਾਂ ਤੋਂ ਨਫ਼ਰਤ ਨਹੀਂ, ਲੇਕਿਨ ਸਾਨੂੰ ਦੁੱਖ ਹੁੰਦਾ ਜਦੋਂ ਸਾਡੇ ਆਪਣੇ ਘਰਾਂ 'ਚ ਪੰਜਾਬੀ ਜਿਹੜੀ ਆ ਨਾ ਬੋਲੀ ਜਾਵੇ। ਸੋ ਪੰਜਾਬ ਦੇ ਵਿੱਚ ਪਰਿਵਾਰ ਦੀ ਭਾਸ਼ਾ ਕਿਵੇਂ ਬਣੇਗੀ, ਸਰਕਾਰ ਦੀ ਭਾਸ਼ਾ ਕਿਵੇਂ ਬਣੇਗੀ? ਨਾ ਐਗਜੈਕਟਿਵ ਦੇ ਵਿੱਚ ਪੰਜਾਬ ਦੇ ਵਿੱਚ, ਨਾ ਲੈਜਿਸਲੇਟਿਵ ਦੇ ਵਿੱਚ, ਅਤੇ ਨਾ ਜੁਡੀਸ਼ਰੀ 'ਚ, ਕਿਤੇ ਪੰਜਾਬੀ ਦੇ ਵਿੱਚ ਕੰਮ ਜਿਹੜਾ ਹੈ ਉਹ 100% ਨਹੀਂ ਹੋ ਰਿਹਾ। ਪਿੱਛੇ ਜੁਡੀਸ਼ਰੀ ਨਾਲ ਗੱਲ ਅਸੀਂ ਸਟੱਡੀ ਸਰਕਲ ਦੇ ਆਪਦੇ ਕੀਤੀ, ਅਸੀਂ ਡੈਪੂਟੇਸ਼ਨ ਲੈ ਕੇ ਗਏ ਜਦੋਂ ਐਸ ਕੇ ਸੰਧੂ ਪ੍ਰਿੰਸੀਪਲ ਸੈਕਟਰੀ ਸੀਗੇ ਪੰਜਾਬ ਦੇ ਐਜੂਕੇਸ਼ਨ ਹਾਇਰ ਐਜੂਕੇਸ਼ਨ ਦੇ,
ਅਤੇ ਉਹਨਾਂ ਨੇ ਹਾਈ ਕੋਰਟ ਸਾਡੀ ਗੱਲ ਕਰਾਈ ਅਤੇ ਹਾਈ ਕੋਰਟ ਨੇ ਮੀਟਿੰਗ ਮੂਟਿੰਗ ਕਰਕੇ ਪੰਜਾਬ ਕੋਲ 1200 ਪਾਣੀ 2200 ਉਹਨੇ ਸਟਾਫ ਮੰਗ ਲਿਆ ਕਿ ਸਾਨੂੰ ਪੰਜਾਬ ਦਾ ਪੰਜਾਬੀ ਟਾਈਪ ਕਰਨ ਵਾਲਾ ਪੰਜਾਬੀ ਵਾਲਾ ਸਾਨੂੰ ਸਟਾਫ ਦਿਓ ਤਾਂ ਕਿ ਅਸੀਂ ਹਾਈ ਕੋਰਟ ਦਾ ਅਸੀਂ ਸਾਰੀਆਂ ਕੋਰਟਾਂ ਦੇ ਵਿੱਚ ਪੰਜਾਬੀ ਭਾਸ਼ਾ 'ਚ ਕੰਮ ਕਰ ਸਕੀਏ। ਉਹ ਨਾ ਨੋਮੈਂਟ ਦੇਲ ਹੋਵੇ ਅਤੇ ਨਾ ਰਹਿੰਦਾ ਨੱਚੇ, ਉਹ ਹੁਣ ਤੱਕ ਪੈਂਡਿੰਗ ਪਿਆ। ਵਿਧਾਨ ਸਭਾ ਦਾ ਜਿੰਨਾ ਵੀ ਕੰਮ ਹੁੰਦਾ ਹੈ ਉਹ ਨਾ ਮਾਤਰ ਪੰਜਾਬੀ 'ਚ ਹੁੰਦਾ, ਸਾਰਾ ਕੰਮ ਅੰਗਰੇਜ਼ੀ 'ਚ ਹੋ ਰਿਹਾ। ਜਿੰਨਾ ਐਗਜੈਕਟਿਵ 'ਚ ਕੰਮ ਹੁੰਦਾ ਸੈਕਟਰੀਏਟ ਸਾਰਾ ਉਹ ਅੰਗਰੇਜ਼ੀ 'ਚ ਹੋ ਰਿਹਾ। ਮੇਰਾ ਕਹਿਣ ਦਾ ਮਤਲਬ ਇਹ ਹੈ, ਲੰਬੀ ਗੱਲ ਨਾ ਕਰਾਂ, ਇਹ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ, ਅਸੀਂ ਇਕੱਲਾ ਇਕੱਲਾ ਬੰਦਾ ਆਪਣਾ ਇੱਕ ਕਮਿਸ਼ਨ ਬਣਾਈਏ। ਇਹ ਪਲੇਟਫਾਰਮ ਬੈਸਟ ਪਲੇਟਫਾਰਮ ਹੈ ਇਲੈਕਟਡ ਬੋਡੀ ਦਾ, ਅਸੀਂ ਇਹਨਾਂ ਦੇ ਪਿੱਛੇ ਖੜ੍ਹਨ ਨੂੰ ਤਿਆਰ ਹਾਂ। ਸਾਰੇ ਪੰਜਾਬ ਦੇ ਲੋਕ ਅੱਗੇ ਲੱਗੀਏ ਔਰ ਬੜੇ ਸੋਹਣੇ ਤਰੀਕੇ ਨਾਲ ਸਿਸਟਮੈਟਿਕ ਵੇ ਦੇ ਨਾਲ ਆਪਣਾ ਅਕੈਡਮਿਕ ਫੀਲਡ 'ਚ ਜਾਈਏ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀ ਜੜ੍ਹ ਫੜੀਏ। ਖਾਲਸਾ ਕਾਲਜ ਇੰਸਟੀਟਿਊਸ਼ਨਾਂ ਵਿੱਚ 15 ਇੰਸਟੀਟਿਊਸ਼ਨ ਹੈਗੀਆਂ, ਜੀਜਨ ਖਾਲਸਾ ਕਾਲਜ ਦੀਆਂ 10 ਇੰਸਟੀਟਿਊਸ਼ਨ ਹੈਗੀਆਂ। ਇਹਦੇ ਬਾਰੇ ਅਮਰਜੀਤ ਸਿੰਘ ਜੀ ਦੂਆ ਜੀ ਨੇ ਬਹੁਤ ਕੰਮ ਕੀਤਾ ਹੈ, ਇਸ ਪਰਿਵਾਰ ਨੇ ਬੜਾ ਕੰਮ ਕੀਤਾ, ਅਤੇ ਸਾਡਾ ਮਨ ਕਰਦਾ ਕਿ ਸਾਰਾ ਕੁਝ ਛੱਡ ਕੇ ਇਹਨਾਂ ਦੀ ਗੱਲ ਦੇ ਪਿੱਛੇ ਲੱਗ ਜਾਈਏ। ਸੋ ਬਹੁਤ ਮੈਂ ਇੱਕ ਵਧਾਈ ਦਿੰਦਾ ਔਰ ਮੈਂ ਉਮੀਦ ਕਰਦਾ ਕਿ ਜਿਹੜਾ ਨਵਾਂ ਡਾਕਟਰ ਗੁਲਜ਼ਾਰ ਸਿੰਘ ਨੇ ਕਿਹਾ ਕਿ ਕੰਮ ਸ਼ੁਰੂ ਕੀਤਾ ਅਸੀਂ, ਕਿ ਜਿਹੜਾ ਬੰਦਾ ਪੰਜਾਬੀ ਦੀ ਪ੍ਰਫੁੱਲਤਾ ਕਰਦਾ ਉਹ ਬੰਦਾ ਵੈਲਕਮ ਹੈ ਇਸ ਅਕੈਡਮੀ ਦੇ ਵਿੱਚ। ਮੈਂ ਇਸ ਚੀਜ਼ ਦੀ ਬਹੁਤ ਤਾਈਦ ਕਰਦਾ ਔਰ ਮੈਂ ਸ਼ਲਾਘਾ ਕਰਦਾ ਇਸ ਚੀਜ਼ ਦੀ, ਔਰ ਮੈਂ ਭਰੋਸਾ ਦਵਾਉਂਦਾ ਡਾਕਟਰ ਗੁਲਜ਼ਾਰ ਸਿੰਘ ਨੂੰ ਕਿ ਜਦੋਂ ਪੰਜਾਬੀ ਦੀ ਪ੍ਰਫੁੱਲਤਾ ਲਈ ਜਿਸ ਜਥੇਬੰਦੀ ਨੂੰ ਵੀ ਕਾਲ ਕਰੋਗੇ, ਜਥੇਬੰਦੀ ਤੁਹਾਡੇ ਹਰ ਆਦੇਸ਼ 'ਤੇ ਫੁੱਲ ਚੜ੍ਹੇਗੀ।